ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਮੁੱਖ ਮੰਤਰੀ ਨੇ ਰਸਮੀ ਤੌਰ ਤੇ ਪੋਸਟ میٹرਿਕ ਐਸਸੀ ਸਕਾਲਰਸ਼ਿਪ ਸਕੀਮ ਦੀ ਕੀਤੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਾਰਿਸ਼ੀ ਵਾਲਮੀਕ ਜਨਮ ਦਿਤੀ ਦੇ ਸ਼ੁਭ ਮੌਕੇ ਤੇ ਡਾਕਟਰ ਬੀ ਆਰ ਅੰਬੇਦਕਰ ਪੋਸਟ ਮੈਟ੍ਰਿਕ ਐਸ ਸੀ ਸਕਾਲਰਸ਼ਿਪ ਸਕੀਮ ਦੀ ਸ਼ੁਰੂਸਮੀ ਸ਼ੁਰੂਆਤ ਕੀਤੀ ਅਤੇ ਭਗਵਾਨ ਵਾਲਮੀਕ ਤੀਰਥ ਸਥਲ ਅੰਮ੍ਰਿਤਸਰ ਵਿਕੇ ਲਗਭਗ 50 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਇੱਥੇ ਵਾਲਮੀਕੀ ਜਨਮ ਦਿਤੀ ਸਮਾਰੋਹ ਦੇ ਵਿੱਚ ਹਿੱਸਾ ਲੈ ਰਹੇ ਲੈਂਦੇ ਹੋਏ ਮੁੱਖ ਮੰਤਰੀ ਨੇ ਇੱਕ ਨਵੇਂ RAM ਤੀਰਥ ITI ਦਾ ਅਸਲ ਉਦਘਾਟਨ ਵੀ ਕੀਤਾ ਜਦੋਂ ਕਿ ਮੁਕਾਬਲਾ ਪ੍ਰੀਖਿਆਵਾਂ ਵਿੱਚ ਦਲਿਤ ਵਿਦਿਆਰਥੀਆਂ ਨੂੰ ਤਿਆਰ ਕਰਨ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਅੱਗੇ ਵਧਾਇਆ ਇਸ ਤੋਂ ਇਲਾਵਾ ਉਸਨੇ ਮਹਾਨ ਸ਼ਖਸੀਅਤ ਦੀ ਯਾਦ ਦੇ ਵਿੱਚ ਨੈਗੋਸੀਲੇਬਿਲਿਟੀ ਇੰਸਟਰੂਮੈਂਟਸ ਐਕਟ ਦੇ ਅਧੀਨ ਸਾਲਾਨਾ ਛੁੱਟੀ ਦਾ ਵੀ ਐਲਾਨ ਕਰਦਿਆਂ ਜੀ ਐਨ ਡੀ ਯੂ ਅੰਮ੍ਰਿਤਸਰ ਹਰ ਹਾਲ ਹਰ ਸਾਲ ਭਗਵਾਨ ਵਾਲਮੀਕੀ ਵਿਖੇ ਉਹਨਾਂ ਦੇ ਜਨਮ ਵਰੇ ਗੰਢ ਦੇ ਪੂਰਵ ਸੰਧਿਆ ਦੇ ਸਾਲਾਨਾ ਸੈਮੀਨਾਰ ਆਯੋਜਨ ਕਰੇਗੀ ਪਿਆਜ਼ ਆਲੂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਦੇ ਮੱਦੇਨਜ਼ਰ ਸਰਕਾਰ ਹਜ਼ਾਰਾਂ ਟਨ ਪਿਆਜ਼ ਅਤੇ ਆਲੂ ਕਰੇਗੀ ਦਰਾਮਦ ਸਰਕਾਰ ਨੇ ਉਹਨਾਂ ਨੂੰ ਪਿਆਜ਼ ਅਤੇ ਆਲੂ ਦੀਆਂ ਕੀਮਤਾਂ ਦੇ ਆਧਾਰ ਤੇ ਦਰਾਮਦ ਕਰਨ ਦਾ ਫੈਸਲਾ ਕੀਤਾ ਆਲੂ ਦੀਆਂ ਕੀਮਤਾਂ 40 ਤੋਂ 50 ਰੁਪਏ ਪ੍ਰਤੀ ਕਿਲੋਗ੍ਰam ਤੱਕ ਪਹੁੰਚ ਗਈਆਂ ਹਨ ਜਦਕਿ ਪਿਆਜ਼ 65 ਤੋਂ 75 ਰੁਪਏ ਤੱਕ ਪਹੁੰਚ ਗਿਆ ਹੈ ਇਸ ਦੇ ਮੱਦੇਨਜ਼ਰ ਸਰਕਾਰ ਨੇ ਹੁਣ ਪੁਟਾਣ ਤੋਂ 30000 ਟਨ ਆਲੂ ਮੰਗਵਾਉਣ ਦਾ ਫੈਸਲਾ ਕੀਤਾ ਇਸ ਦੇ ਨਾਲ ਹੀ 25000 ਟਨ ਪਿਆਜ਼ ਵੀ ਮੰਗਾਇਆ ਜਾਵੇਗਾ ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਪਿਆਜ਼ ਕਿੱਥੋਂ ਮੰਗਵਾਇਆ ਜਾਵੇਗਾ ਖਾਤਕਾਰ ਮਾਮਲੇ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਵਿੱਚ 7000 ਟਨ ਪਿਆਜ਼ ਆ ਚੁੱਕਾ ਦਿਵਾਲੀ ਤੱਕ 25000 ਟਨ ਪਿਆਜ਼ ਆਉਣ ਦੀ ਉਮੀਦ ਹੈ ਇਸ ਦੇ ਨਾਲ ਹੀ ਨਵੀਂ ਫਸਲ ਵੀ ਮਾਰਕੀਟ ਦੇ ਵਿੱਚ ਆ ਰਹੀ ਹੈ ਸਰਕਾਰ ਨੇ 30 ਅਕਤੂਬਰ ਤੋਂ ਪਿਆਜ਼ ਦੇ ਸਟਾਕ ਤੇ ਲਿਮਟ ਲਾ ਦਿੱਤੀ ਸੀ ਠੋਕ ਵਪਾਰੀਆਂ ਲਈ 25 ਟਨ ਤੇ ਪਰਚੂਨ ਵਪਾਰੀਆਂ ਦੇ ਲਈ 2 ਟਨ ਸਟੈਕ ਦੀ ਲਿਮਟ ਤੈਅ ਕੀਤੀ ਗਈ ਸੀ ਪਜੀਆਈ ਪ੍ਰਸ਼ਾਸਨ ਨੇ ਲੋਕਾਂ ਨੂੰ ਬਿਨਾ ਇਜਾਜ਼ਤ ਦੇ ਨਾ ਆਉਣ ਦੀ ਕੀਤੀ ਅਪੀਲ ਸੋਮਵਾਰ ਤੋਂ ਪਜੀਆਈ ਦੇ ਓਪੀਡੀ ਸੇਵਾ ਸ਼ੁਰੂ ਹੋਣ ਜਾ ਰਹੀ ਹੈ ਅਜਿਹੇ ਦੇ ਵਿੱਚ ਪਜੀਆਈ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਮਰੀਜ਼ ਸਿੱਧਾ ਪਜੀਆਈ ਨਾ ਆਵੇ ਕਲੀ ਕਨਸਟਿਲੇਸ਼ਨ ਤੋਂ ਅਪਾਇੰਟਮੈਂਟ ਲੈਣ ਤੋਂ ਬਾਅਦ ਹੀ ਓਪੀਡੀ ਚ ਆ ਸਕਦਾ ਹੈ ਤਰੀਖ ਅਤੇ ਅਪਾਇੰਟਮੈਂਟ ਦਾ ਸਮਾਂ ਮਰੀਜ਼ ਨੂੰ ਰਜਿਸਟ੍ਰੇਸ਼ਨ ਸਮੇਂ ਮੈਸੇਜ ਦੇ ذریعے ਦੱਸ ਦਿੱਤਾ ਜਾਵੇਗਾ ਜੇਕਰ ਕੋਈ ਮਰੀਜ਼ ਬਿਨਾਂ ਅਪਾਇੰਟਮੈਂਟ ਦੇ ਆਉਂਦਾ ਤਾਂ ਉਸ ਨੂੰ ਚੈੱਕ ਨਹੀਂ ਕੀਤਾ ਜਾਵੇਗਾ ਹਾਲਾਂਕਿ ਐਮਰਜੈਂਸੀ ਮਰੀਜ਼ਾਂ ਲਈ ਪਹਿਲ ਦੇ ਪਹਿਲਾਂ ਦੀ ਤਰ੍ਹਾਂ ਸਾਰੀਆਂ ਸੇਵਾਵਾਂ ਜਾਰੀ ਰਹਿਣਗੀਆਂ ਨਾਨ ਕੋਵਿਡ ਮਰੀਜ਼ਾਂ ਦੇ ਲਈ ਮਾਰਚ ਤੋਂ ਸੇਵਾ ਜਾਰੀ ਹੈ ਪੀਜੀਆਈ ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਟੈਲੀ ਕੰਸਲਟੇਸ਼ਨ ਓਪੀਡੀ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ ਇੱਥੇ ਮਰੀਜ਼ ਸਵੇਰੇ 8 ਤੋਂ 9:30 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ ਡਿੱਗਦਾ ਜਾ ਰਿਹਾ ਰੁਪਈਆ ਏਸ਼ੀਆਈ ਦੇਸ਼ਾਂ ਦੀ ਕਰੰਸੀ ਚ ਸਭ ਤੋਂ ਖਰਾਬ ਪ੍ਰਦਰਸ਼ਨ ਰੁਪਏ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤੇਜ਼ ਗਿਰਾਵਟ ਦੇ ਕਾਰਨ ਰੁਪਈਆ ਏਸ਼ੀਆਈ ਦੇਸ਼ਾਂ ਦੀ ਕਰੰਸੀ ਦੇ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਈ ਹੈ ਕਰੋਨਾ ਸੰਕਟ ਫੰਡ ਫਲੋ ਅਤੇ ਯੂਐਸ ਦੀਆਂ ਚੋਣਾਂ ਨੇ ਰੁਪਏ ਦੀ ਕਾਰਗੁਜ਼ਾਰੀ ਨੂੰ ਕਾਫੀ ਪ੍ਰਭਾਵਿਤ ਕੀਤਾ ਪਿਛਲੇ ਇੱਕ ਹਫਤੇ ਵਿੱਚ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ 1% ਦੀ ਕਮੀ ਆਈ ਹੈ ਰੁਪਏ ਦੀ ਅਸਥਿਰਤਾ ਨੂੰ ਮਾਪਣ ਵਾਲਾ ਬਾਲੂ ਬਰਗਰਮ ਅਪੇਸ਼ਨ ਵੋਲਟਿਲਿਟੀ ਇੰਡੈਕਸ 16 ਅਕਤੂਬਰ ਤੋਂ 77 ਬੇਸਿਸ ਪੁਆਇੰਟ ਚੜ੍ਹ ਕੇ 7.51% ਹੋ ਗਿਆ ਜੋ ਕਿ ਬਹੁਤ ਜ਼ਿਆਦਾ ਹੈ ਪੰਜਾਬ ਚ ਰਾਤਾਂ ਹੋਈਆਂ ਠੰਡੀਆਂ ਅਗਲੇ 3 ਦਿਨ ਖੁਸ਼ਕ ਰਹੇਗਾ ਮੌਸਮ ਹੋਰ ਡਿੱਗੇਗਾ ਪਾਰਾ ਵੱਡੀ ਖਬਰ ਆ ਜੀ ਮੌਸਮ ਦੇ ਬਾਰੇ ਸੋ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਆਪਾਂ ਇਸ ਵੀਡੀਓ ਤੇ 2500 ਦਾ ਲਾਈਕ ਏਮ ਤੇ 1500 ਦਾ ਸ਼ੇਅਰ ਏਮ ਕਰਖਦੇ ਆਂ ਸਰੋਤੇ ਵੀਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦੇਣਾ हिमाचल प्रदेश ਦੇ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਬਰਫਬਾਰੀ ਦਾ ਅਸਰ ਪੰਜਾਬ ਤੇ ਵੀ ਪਿਆ ਹੈ ਇਸ ਨਾਲ ਰਾਤ ਦੇ ਤਾਪਮਨ ਵਿੱਚ ਇੱਕਦਮ ਗਰਾਵਟ ਆ ਗਈ ਹੈ ਪੂਰੀ ਵੀਡੀਓ ਚੈਨਲ ਤੇ ਪਾਈ ਹੋਈ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੈਕਾਰਿਆਂ ਦੇ ਨਾਲ ਗੂੰਜੀ ਗੁਰੂ ਨਗਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚੋਂ ਨਗਰ ਕੀਰਤਨ ਗਲਿਆਰੇ ਦੀ ਪ੍ਰਕਰਮਾ ਕਰਕੇ ਵਾਪਸ ਪਰਤੇਗਾ ਇਸ ਮੌਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਬਕਾ ਤਹਦਿਰ ਗਿਆਨੀ ਗੁਰਬਚਨ ਸਿੰਘ ਗਿਆਨੀ ਗੁਰਮੁਖ ਸਿੰਘ ਗਿਆਨੀ ਮਲਕੀਤ ਸਿੰਘ ਆਦ ਜਿਹੜੇ ਹਾਜ਼ਰ ਸਨ ਕੇਂਦਰੀ ਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਚੰਗੀ ਖਬਰ ਕੇਂਦਰੀ ਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਲਈ ਇੱਕ ਚੰਗੀ ਖਬਰ ਹੈ ਸਰਕਾਰ ਨੇ 3 ਮਹੀਨੇ ਯਾਨੀ ਕਿ ਅਕਤੂਬਰ ਨਵੰਬਰ ਤੇ ਦਸੰਬਰ 2020 ਦੇ ਲਈ GPF ਦੀ ਵਿਆਜ ਦਰਾਂ ਦਾ ਐਲਾਨ ਕਰ ਦਿੱਤਾ ਹੈ ਇਹ ਐਲਾਨ ਤੋਂ ਬਾਅਦ ਇਸ ਤਿਮਹੀਣੀ ਲਈ GPF ਦੀ ਵਿਆਜ ਦਰ 7.1% ਤੈਅ ਕੀਤੀ ਗਈ ਹੈ ਵਿੱਤ ਮੰਤਰਾਲੇ ਨੇ ਧਾਇਰੇ ਵਿੱਚ ਆਉਣ ਵਾਲੇ ਆਰਥਿਕ ਮਾਮਲਿਆਂ ਤੋਂ ਸਬੰਧਿਤ ਵਿਭਾਗ ਦੇ ਬਜਟ ਸੈਸ਼ਨ ਤੋਂ ਇਸ ਸਬੰਧ ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਇਸ ਨੋਟੀਫਿਕੇਸ਼ਨ ਦੇ ਮੁਤਾਬਕ ਵਿਆਜ ਦਰ ਨੂੰ 1 ਅਕਤੂਬਰ 2020 ਤੋਂ ਲਾਗੂ ਮੰਨਿਆ ਜਾਵੇਗਾ ਪੀਓ ਪੀਯੂ ਦੀ ਰਿਪੋਰਟ ਨੂੰ ਹੋਇਆ ਵੱਡਾ ਖੁਲਾਸਾ ਪੰਜਾਬ ਦਾ ਧੂਆਂ ਨਹੀਂ ਪਹੁੰਚਦਾ ਦਿੱਲੀ ਸੋ ਸਰੋਤੇ ਵੀਰੋ ਜੇ ਤੁਹਾਨੂੰ ਵੀ ਲੱਗਦਾ ਕਿ ਪੰਜਾਬ ਦਾ ਧੂਆਂ ਦਿੱਲੀ ਤੱਕ ਨਹੀਂ ਪਹੁੰਚਦਾ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਯੈਸ ਲਿਖ ਸਕਦੇ ਹੋ ਦਿੱਲੀ ਦੇ ਵਿੱਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਲਈ ਹਮੇਸ਼ਾ ਤੋਂ ਹੀ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜ ਨਾਲ ਪੈਦਾ ਹੋਣ ਵਾਲੇ ਧੂਏ ਨਾਲ ਦਿੱਲੀ 'ਚ ਪ੍ਰਦੂਸ਼ਣ ਪੈਦਾ ਹੋ ਜਾਂਦਾ ਪਰ ਇਹ ਸਚਾਈ ਨਹੀਂ ਅਸਲ ਦੇ ਵਿੱਚ ਦਿੱਲੀ ਦਾ ਪ੍ਰਦੂਸ਼ਣ ਪੰਜਾਬ ਜੁਮੇਵਾਰ ਨਹੀਂ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਿਛਲੇ 3 ਸਾਲ 217 218 ਤੇ 219 ਦੌਰਾਨ ਅਕਤੂਬਰ ਨਵੰਬਰ ਤੇ ਦਸੰਬਰ ਦੀ ਹਵਾ ਦੀ ਦਿਸ਼ਾ ਅਤੇ ਇਸ ਦੀ ਰਫ਼ਤਾਰ ਤੇ ਕੀਤੇ ਗਏ ਅਧਿਐਨ ਦੇ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਦਿੱਲੀ ਦੇ ਵਿੱਚ ਵਾਧੇ ਪ੍ਰਦੂਸ਼ਣ ਦੀ ਪੰਜਾਬ ਦੀ ਪ੍ਰਾਲੀ ਦੀ ਕੋਈ ਭੂਮਿਕਾ ਨਹੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮਰੋਟੋਲੋਜੀ ਦੇ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਗਵਾਂਡੀ ਸੂਬਾ ਅਕਸਰ ਪ੍ਰਦੂਸ਼ਣ ਦੇ ਲਈ ਪੰਜਾਬ ਤੋਂ ਸਾੜੀ ਜਾਣ ਵਾਲੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ ਜੇਕਰ ਹਵਾ ਦੀ ਰਫਤਾਰ 6 ਕਿਲੋਮੀਟਰ ਤੋਂ ਵੱਧ ਹੁੰਦੀ ਤਾਂ ਦਿੱਲੀ ਤੱਕ ਪਰਾਲੀ ਦਾ ਪ੍ਰਦੂਸ਼ਣ ਪਹੁੰਚਦਾ ਪਰ ਇਨ੍ਹਾਂ ਮਹੀਨਿਆਂ ਦੇ ਵਿੱਚ ਹਵਾ ਦੀ ਰਫਤਾਰ ਇਸ ਤੋਂ ਘੱਟ ਰਹੀ ਦਿਸ਼ਾ ਵੀ ਉਲਟ ਰਹੀ ਅਧਿਆਨ ਦੇ ਵਿੱਚ ਸਾਹਮਣੇ ਆਇਆ ਕਿ 2017 ਦੇ ਵਿੱਚ 77 ਤੋਂ 58 2018 ਚੋਂ 42 ਤੇ 2119 ਚੋਂ 44 ਦਿਨ ਕਾਮ ਕੰਡੀਸ਼ਨ ਜਾਨੀ ਹਵਾ ਸ਼ਾਂਤ ਰਹੀ ਕਾਮ ਕੰਡੀਸ਼ਨ ਦਰਮਿਆਨ ਹਵਾ ਦੀ ਰਫਤਾਰ 2 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਘੱਟ ਰਹਿੰਦੀ ਆ ਇਸ ਹਾਲਤ ਵਿੱਚ ਹਵਾ ਦੀ ਮੂਵਮੈਂਟ ਨਹੀਂ ਹੁੰਦੀ ਹਵਾ ਹਲਕੀ ਹੋ ਕੇ ਰਫਤਾਰ ਪ੍ਰਤੀ ਘੰਟਾ 2 ਤੋਂ 5 ਕਿਲੋਮੀਟਰ ਰਹਿੰਦੀ ਆ ਤੇ 70 ਦਿਨਾਂ ਦੌਰਾਨ ਸਿਰਫ 7 ਨਵੰਬਰ ਨੂੰ ਲਾਈਟ ਬ੍ਰਿਜ ਰਿਕਾਰਡ ਕੀਤੀ ਗਈ ਲਾਈਟ ਬ੍ਰਿਜ ਵਿੱਚ ਹਵਾ ਦੀ ਰਫਤਾਰ 6 ਤੋਂ 11 ਕਿਲੋਮੀਟਰ ਪ੍ਰਤੀ ਘੰਟੇ ਵਿੱਚ ਰਹਿੰਦੀ ਹੈ ਇਸ ਦੌਰਾਨ ਪੰਜਾਬ ਤੋਂ ਲਾਈਟ ਬ੍ਰਿਜ ਹਵਾ ਦੀ ਰਫਤਾਰ 5.9 ਕਿਲੋਮੀਟਰ ਰਿਕਾਰਡ ਕੀਤੀ ਗਈ ਸੀ। Rajasthan ਵਿਧਾਨ ਸਭਾ ਦਾ ਸੈਸ਼ਨ ਅੱਜ ਖੇਤੀ ਕਾਨੂੰਨਾਂ ਵਿਰੁੱਧ ਬਿੱਲ ਲਿਆਵੇਗੀ। ਗਹਿलोत ਸਰਕਾਰ Rajasthan ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸੈਸ਼ਨ ਦੇ ਦੌਰਾਨ ਰਾਜ ਸਰਕਾਰ ਹਾਲੀ ਦੇ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਨਾਲ ਸੰਬੰਧਿਤ ਕਾਨੂੰਨਾਂ ਦੇ ਵਿਰੋਧ ਸੋਧ ਬਿੱਲ ਪੇਸ਼ ਕਰੇਗੀ। 15ਵੀਂ Rajasthan ਵਿਧਾਨ ਸਭਾ ਦਾ 5ਵਾਂ ਸੈਸ਼ਨ ਅੱਜ ਸਵੇਰੇ 11 ਵਜੇ ਸ਼ੁਰੂ ਹੋਣਾ ਸੀ ਤੇ ਇਸ ਦੇ ਨਾਲ ਹੀ ਸਪੀਕਰ ਸੀਪੀ ਜੋਸ਼ੀ ਨੇ ਸ਼ੁੱਕਰਵਾਰ ਨੂੰ ਅਸੈਂਬਲੀ ਅਤੇ ਸਦਨ ਦੇ ਪ੍ਰਬੰਧਾਂ ਦੇ ਨਰੀਖਣ ਕੀਤਾ ਜੋਸ਼ੀ ਨੇ ਸਦਨ ਵਿੱਚ ਕੀਤੇ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਵਾਇਰਸ ਨੂੰ ਰੋਕਣ ਦੇ ਲਈ ਸਾਵਧਾਨੀਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਅਸੈਂਬਲੀ ਦੀ ਇਮਾਰਤ ਅਤੇ ਸਦਨ ਦੇ ਵਿੱਚ ਵਿਸ਼ਾਲ ਪ੍ਰਬੰਧ ਕੀਤੇ ਗਏ ਸਨ ਪੁਲਵਾਮਾ ਹਮਲੇ ਤੇ ਪੀਐਮ ਮੋਦੀ ਦਾ ਛਲਕਿਆ ਦਰਦ ਕਿਹਾ ਮੈਂ ਗੰਦੀ ਰਾਜਨੀਤੀ ਝੱਲੀ ਪਰ ਹੁਣ ਵਿਰੋਧੀ ਹੋਏ ਬੇਨੁਕਾਬ ਪੁਲਵਾਮਾ ਹਮਲੇ ਬਾਰੇ ਪਾਕਿਸਤਾਨ ਦੀ ਸੰਸਦ ਵਿੱਚ ਇਮਰਾਨ ਦੇ ਮੰਤਰੀ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੀਐਮ ਮੋਦੀ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਆ ਪੁਲਵਾਮਾ ਹਮਲੇ ਦਾ ਜ਼ਿਕਰ ਕਰਦਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸੈਨਿਕ ਸ਼ਹੀਦ ਹੋਣ ਤੇ ਵੀ ਕੁਝ ਲੋਕ ਰਾਜਨੀਤੀ ਵਿੱਚ ਲੱਗੇ ਹੋਏ ਸਨ ਦੇਸ਼ ਅੱਜ ਇਹ ਲੋਕਾਂ ਨੂੰ ਭੁੱਲ ਨਹੀਂ ਸਕਦਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਉਸ ਸਮੇਂ ਆਪਣੇ ਖਿਲਾਫ ਗੱਲਾਂ ਸੁਣਦਿਆਂ ਸਾਰੇ ਦੋਚਾਂ ਦਾ ਸਾਹਮਣਾ ਕਰਦੇ ਰਹੇ ਉਹਨਾਂ ਨੇ ਕਿਹਾ ਮੇਰੇ ਦਿਲ ਤੇ ਡੂੰਘਾ ਜ਼ਖਮ ਸੀ ਪਰ ਪਿਛਲੇ ਦਿਨੀ ਜਿਸ ਤਰ੍ਹਾਂ ਗਵਾਂਡੀ ਦੇਸ਼ ਤੋਂ ਖਬਰ ਆ ਰਹੀਆਂ ਸਨ ਜਿਸ ਨੂੰ ਉਹਨਾਂ ਨੇ ਸਵਿਕਾਰਿਆ ਹੈ ਇਸ ਦੇ ਨਾਲ ਉਹਨਾਂ ਦੀਆਂ ਪਾਰਟੀਆਂ ਦਾ ਚਿਹਰਾ ਨੰਗਾ ਹੋਇਆ ਪ੍ਰਧਾਨ ਮੰਤਰੀ ਨੇ ਕਿਹਾ ਸੰਸਦ ਦੇ ਵਿੱਚ ਜਿਸ ਤਰ੍ਹਾਂ ਸੱਚਾਈ ਨੂੰ ਸਵਿਕਾਰਿਆ ਗਿਆ ਉਸ ਦੇ ਨਾਲ ਇਹਨਾਂ ਲੋਕਾਂ ਦੇ ਅਸਲ ਚਿਹਰੇ ਦੇਸ਼ ਦੇ ਸਾਹਮਣੇ ਆ ਗਏ ਹਨ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕਾਉਂਸਲਰ ਕਮਲ ਸ਼ਰਮਾ ਦਾ ਦੇਹਾਂਤ ਐਤਵਾਰ ਨੂੰ ਹੋਵੇਗਾ ਅੰਤਮ ਸੰਸਕਾਰ ਬੀਜੇਪੀ ਦੇ ਸੀਨੀਅਰ ਆਗੂ ਤੇ ਸਾਬਕਾ ਕਾਉਂਸਲਰ ਕਮਲ ਸ਼ਰਮਾ ਦਾ ਦੇਹਾਂਤ ਹੋ ਗਿਆ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਉਹ ਮਾਡਲ ਹਾਊਸ ਇਲਾਕੇ ਤੋਂ 207 212 ਤੱਕ ਕਾਉਂਸਲਰ ਰਹੇ ਉਹ ਭਾਜਪਾ ਦੇ ਵਿੱਚ ਕਈ ਅਹਿਮ ਅਹੁਦਿਆਂ ਤੇ ਰਹੇ ਸਾਬਕਾ ਕੇਂਦਰੀ ਮੰਤਰੀ ਵਿਜੇ ਸ਼ਾਂਪਲਾ ਦੇ ਕਰੀਬੀ ਕਮਲ ਸ਼ਰਮਾ ਦੀ ਸਾਊਥ ਹਾਊਸ ਦੇ ਵਿੱਚ ਇੰਡਸਟਰੀ ਹੈ ਪਰਿਵਾਰ ਅਤੇ ਪਤਨੀ ਬੇਟਾ ਤੇ ਦੋ ਬੇਟੀਆਂ ਹਨ ਉਹਨਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਜੈਪੁਰ ਤੋਂ ਬੇਟੀ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ ਯੂਪੀ ਦੇ ਵਿੱਚ ਲੰਮੀ ਦਾੜ੍ਹੀ ਰੱਖਣ ਕਾਰਨ ਮੁਅਤਲ ਕੀਤੇ ਸਬ ਇੰਸਪੈਕਟਰ ਨੂੰ ਸ਼ੇਵ ਕਰਾਣ ਮਗਰੋਂ ਮੋੜ ਬਹਾਲ ਸੀਐਮ ਜੋਗੀ ਨੇ ਕੀਤਾ ਤਵੀਤ ਉੱਤਰ ਪ੍ਰਦੇਸ਼ ਦੇ ਬਾਗਪੱਤ ਦੇ ਰਮਾਲਾ ਰਾਮਾਲਾ ਪੁਲਿਸ ਸਟੇਸ਼ਨ ਦੇ ਵਿੱਚ ਤਨਾਇਤ ਸਬ ਇੰਸਪੈਕਟਰ ਇੰਤਸਾਰ ਅਲੀ ਨੂੰ ਪੁਲਿਸ ਸੁਪਰਡੈਂਟ ਨੇ ਬਿਨਾਂ ਆਗਿਆ ਲੰਬੀ ਦਾੜ੍ਹੀ ਰੱਖਣ ਦੇ ਦੋਸ਼ ਵਿੱਚ ਮੁਅਤਲ ਕਰ ਦਿੱਤਾ ਇਸ ਤੋਂ ਬਾਅਦ ਇੰਤਸਾਰ ਅਲੀ ਨੇ ਦਾੜੀ ਕਟਵਾਉਣ ਦੀ ਬੇਨਤੀ ਤੋਂ ਬਾਅਦ ਐਸਪੀ ਅਭਿਸ਼ੇਕ ਸਿੰਘ ਨੇ ਉਸ ਨੂੰ ਬਹਾਲ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਹੁਣ ਸੀਐਮ ਜੋਗੀ ਅਦਿੱਤਿਆਨਾਥ ਦੇ ਸੂਚਨਾ ਸਲਾਹਕਰ ਸ਼ਲਬ ਮਨੀ ਤ੍ਰਿਪਾਠੀ ਨੇ ਟਵੀਟ ਕੀਤਾ ਸ਼ਲਬ ਮਨੀ ਤ੍ਰਿਪਾਠੀ ਨੇ ਲਿਖਿਆ ਕਿ ਇੰਤਸਾਰ ਅਲੀ ਇੱਕ ਦਰੋਗਾ ਹੈ ਨਿਜਮ ਅਵਿਰੋਧ ਦਾੜੀ ਰੱਖਦਾ ਸੀ ਸਲੂਟ ਦੀ ਥਾ ਅਦਾਬ ਕਹਿੰਦਾ ਸੀ ਸਰਕਾਰ ਬਦਲਣ ਦਾ ਫਰਕ ਨਹੀਂ ਸਮਝਿਆ ਯਾਦ ਨਹੀਂ ਰਿਹਾ ਕਿ ਯੂਪੀ ਦੇ ਵਿੱਚ ਹੁਣ ਕਾਨੂੰਨ ਰਾਜ ਹੈ ਇਸ ਲਈ ਇਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਲਫਾਫੇ ਚ ਸ਼ਰਾਬ ਵੇਚਦੇ ਬੱਚੇ ਦੀ ਵੀਡੀਓ ਵਾਇਰਲ ਛਾਪੇ ਤੋਂ ਪਹਿਲਾਂ ਹੀ ਜਿੰਦੇ ਲਾ ਕੇ ਭੱਜੇ ਲੋਕ ਖੰਨੇ ਅੰਦਰ ਲਫਾਫੇ ਦੇ ਵਿੱਚ ਸ਼ਰਾਬ ਵੇਚਦੇ ਬੱਚੇ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਐਕਸਰਸਾਈਜ਼ ਮਹਿਕਮੇ ਦੇ ਵੱਲੋਂ ਪੁਲਿਸ ਦੇ ਵੱਲੋਂ ਮਾਡਲ ਟਾਊਨ ਦੇ ਵਿਕਾਸਨਗਰ ਸਮਰਾਲਾ ਰੋਡ ਵਿੱਚ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ ਹਾਲਾਂਕਿ ਪੁਲਿਸ ਦੇ ਛਾਪੇ ਤੋਂ ਪਹਿਲਾਂ ਹੀ ਬਹੁਤੇ ਲੋਕ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਪੁਲਿਸ ਅਤੇ ਮਹਿਕਮੇ ਨੂੰ ਸਿਰਫ ਚਾਰ ਬੋਤਲਾ ਸ਼ਰਾਬ ਦੀਆਂ ਹੱਥ ਲੱਗੀਆਂ ਪਰ ਵੱਖ-ਵੱਖ ਕਰਾਂ ਚੋਂ ਹਰਿਆਣੇ ਦੀਆਂ ਸ਼ਰਾਬ ਦੀਆਂ ਖਾਲੀ ਬੋਤਲਾਂ ਤੇ ਲਫਾਫੇ ਬਰਾਮਦ ਕੀਤੇ ਗਏ। ਪਟਾਕੇ ਤੇ ਗਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ ਸਰੀਰ ਚੋਂ ਵੱਡੇ ਸਟੀਲ ਦੇ ਟੁਕੜੇ ਉੱਤਰ-ਪੱਛਮੀ ਦਿੱਲੀ ਚੋਂ ਇੱਕ ਪਟਾਕੇ ਦੇ ਫਟ ਨਾਲ 9 ਸਾਲਾ ਮੁੰਡੇ ਦੀ ਮੌਤ ਹੋ ਗਈ। ਮੁੰਡੇ ਨੇ ਪਟਾਕੇ ਨੂੰ ਸਟੀਲ ਦੇ ਗਲਾਸ ਨਾਲ ਢੱਕ ਕੇ ਚਲਾਇਆ। ਸ਼ੁੱਕਰਵਾਰ ਨੂੰ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਬੱਚੇ ਦੀ ਪਛਾਣ ਦੂਜੀ ਜਮਾਤ ਵਿੱਚ ਵਿਦਿਆਰਥੀ ਪ੍ਰਿੰਸ ਦੇ ਰੂਪ ਵਿੱਚ ਹੋਈ ਆ ਐਸਪੀ ਅਧਿਕਾਰੀ ਨੇ ਦੱਸਿਆ ਕਿ ਮੁੰਡੇ ਨੇ ਇੱਕ ਪਟਾਕਾ ਲਿਆ ਉਸ ਨੂੰ ਅੱਗ ਲਾਉਣ ਤੋਂ ਬਾਅਦ ਸਟੀਲ ਦਾ ਗਲਾਸ ਰੱਖ ਦਿੱਤਾ ਜਦੋਂ ਪਟਾਕਾ ਫਟਿਆ ਤਾਂ ਸਟੀਲ ਦੇ ਗਲਾਸ ਦੇ ਟੁਕੜੇ ਹੋ ਗਏ ਉਸ ਦੇ ਸਰੀਰ ਵਿੱਚ ਵੜ ਗਏ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਖੇਤੀ ਕਾਨੂੰਨਾਂ ਵਿੱਚ ਹੰਸ ਰਾਜ ਹੰਸ ਦਾ ਕਿਸਾਨਾਂ ਨੂੰ ਸੱਦਾ ਆਜੋ ਗਲਤਫਹਿਮੀਆਂ ਦੂਰ ਕਰੀਏ ਸਰਕਾਰ ਗੱਲਬਾਤ ਦੇ ਲਈ ਤਿਆਰ ਸੋ ਵੱਡਾ ਬਿਆਨ ਫਿਰ ਹੰਸ ਰਾਜ ਨੇ ਦਿੱਤਾ ਹੈ ਜੀ ਪੰਜਾਬੀ ਸੂਫੀ ਗਾਇਕ ਤੇ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ ਨੇ ਕਿਹਾ ਕਿ ਖੇਤੀ ਕਾਨੂੰਨਾ ਬਾਰੇ ਕੁਝ ਗਲਤਫਹਿਮੀਆਂ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿਸਾਨ ਸਾਡਾ ਭਗਵਾਨ ਹੈ ਪੰਜਾਬ ਦਾ ਕਿਸਾਨ ਸਾਰੇ ਮੁਲਕ ਦਾ ਅੰਨ ਦਾਤਾ ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਉਹ ਆਉਣ ਅਤੇ ਗੱਲ ਕਰਕੇ ਸਾਰੀਆਂ ਗਲਤਫਹਿਮੀਆਂ ਦੂਰ ਕਰ ਲੈਣ 6 ਸਾਲਾਂ ਦਾ ਦਲਿਤ ਬੱਚੀ ਨਾਲ ਜ਼ਬਰਜਨਾਹ ਤੇ ਕਤਲ ਮਾਮਲੇ 'ਚੋਂ ਨਵਾਂ ਮੋੜ ਪੰਜਾਬ ਪੁਲਿਸ ਨੇ ਪੇਸ਼ ਕੀਤਾ ਚਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਦੇ ਹੁਕਮਾਂ ਤੇ ਤੇਜ਼ੀ ਦੇ ਨਾਲ ਅਮਲ ਕਰਦਿਆਂ ਪੰਜਾਬ ਪੁਲਿਸ ਵੱਲੋਂ 10 ਦਿਨਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਜਾਂਚ ਪੂਰੀ ਕਰਦਿਆ ਹਸ਼ਿਆਰਪੁਰ ਚ 6 ਸਾਲਾਂ ਦਾ ਦਲਿਤ ਬੱਚੀ ਨਾਲ ਜ਼ਬਰਜਨਾਹ ਤੇ ਕਤਲ ਮਾਮਲੇ 'ਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਤੇਜ਼ੀ ਲਿਆਉਣ ਲਈ ਇੱਕ ਵਿਸ਼ੇਸ਼ ਵਕੀਲ ਦੀ ਨਿਯੁਕਤੀ ਕੀਤੀ ਗਈ ਸੂਬਾ ਸਰਕਾਰ ਨੇ ਇਸ ਮਾਮਲੇ 'ਚ ਮੁਕੱਦਮੇ ਨੂੰ ਫਾਸਟ ਟਰੈਕ ਕੀਤਾ ਜਾਣ ਦੀ ਮੰਗ ਕੀਤੀ ਹੈ ਜਿਸ ਨਾਲ ਮੁਲਜ਼ਮਾਂ ਦਾ ਜੁਲਮਾਂ ਦਾ ਸਰਕਾਰ ਬਣੀ 6 ਸਾਲਾ ਬੱਚੀ ਨੂੰ ਤੇਜ਼ੀ ਦੇ ਨਾਲ ਇਨਸਾਫ ਮਿਲੇਗਾ ਦੱਸਣ ਜੋਗੇ ਕਿ ਟਾਂਡਾ ਪਿੰਡ 'ਚ ਇੱਕ ਨਾਬਾਲਗ ਬੱਚੀ ਨਾਲ ਜ਼ਬਰਜਨਾ ਕਰਕੇ ਉਸਦਾ ਕਤਲ ਕਰਨ ਤੋਂ ਬਾਅਦ ਉਸ ਨੂੰ ਸਾੜ ਦੇਣ ਵਾਲੇ ਦੋਹਾਂ ਮੁਲਜ਼ਮਾਂ ਨੂੰ 21 ਅਕਤੂਬਰ ਦੀ ਰਾਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਭਾਜਪਾ ਨੇ ਇਸ ਨੂੰ ਆਪਣੀ ਰਾਜਨੀਤਿਕ ਲਾਭ ਲਈ ਵਰਤਣ ਦੀ ਕੋਸ਼ਿਸ਼ ਦੇ ਤੌਰ ਤੇ ਇਸ ਮਾਮਲੇ ਦੀ ਤੁਲਨਾ ਹਾਥਰਾਸ ਮਾਮਲੇ ਨਾਲ ਕੀਤੀ ਜਿੱਥੇ ਪੀੜਤਾਂ ਦੇ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਪਰੇਸ਼ਾਨ ਕੀਤੇ ਜਾ ਰਹੇ ਹਨ ਜਿਸ ਕਾਰਨ ਉਹਨਾਂ ਨੇ ਉੱਤਰ ਪ੍ਰਦੇਸ਼ ਤੋਂ ਬਾਹਰ ਇਹ ਮਾਮਲਾ ਤਬਦੀਲ ਕਰਨ ਦੀ ਮੰਗ ਵੀ ਕੀਤੀ ਸੀ 크로ਸ ਕੇਸ ਰੱਦ ਨਾ ਕੀਤੇ ਤਾਂ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਭਾਈ ਲੰਗੋਵਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਾਹਮਣੇ ਧਰਨਾ ਲਗਾ ਕੇ ਬੈਠੇ ਸਤਕਾਰ ਕਮੇਟੀਆਂ ਦੇ ਮੈਂਬਰਾਂ ਦੇ ਵੱਲੋਂ 24 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਂਬਰਾਂ ਮੁਲਾਜ਼ਮਾਂ ਦੇ ਨਾਲ ਕੀਤੇ ਗਏ ਕਾਤਲਾਨਾ ਹਮਲੇ ਦੇ ਮਗਰੋਂ ਉਲਟਾ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੇ ਮੁਲਾਜ਼ਮਾਂ ਤੇ ਕਰਵਾਇਆ ਗਿਆ ਕ੍ਰਾਸ ਕੇਸ ਰੱਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਗਿਆ ਸ਼ਰੋਮਣੀ ਕਮੇਟੀ ਪ੍ਰਧਾਨ ਪਾਈ ਗੋਬਿੰਦ ਸਿੰਘ ਲੋਂਗੋਵਾਲ ਸਮੇਤ ਵੱਡੀ ਗਿਣਤੀ ਵੱਲੋਂ ਮੈਂਬਰਾਂ ਨੇ ਕੁਝ ਸਮੇਂ ਲਈ ਮੁੱਖ ਮੰਤਰੀ ਦੀ ਰਹਿਸ਼ ਦੇ ਬਾਰੇ ਧਰਨਾ ਵੀ ਲਾ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਦਾ ਕੇਂਦਰ ਦਾ ਪੰਜਾਬ ਨੂੰ ਇੱਕ ਹੋਰ ਵੱਡਾ ਚਟਕਾ ਰੇਲਵੇ ਨੇ ਸੂਬੇ ਲਈ ਨਵੀਂ ਬੁਕਿੰਗ ਕੀਤੀ ਬੰਦ ਪੰਜਾਬ ਸਰਕਾਰ ਤੋਂ ਮਾਲ ਗੱਡੀਆਂ ਭੇਜਣ ਲਈ ਕਲੀਅਰ ਪੈਸੇਜ ਮੰਗ ਰਹੇ ਰੇਲਵੇ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਉਣ ਵਾਲੀਆਂ ਮਾਲ ਗੱਡੀਆਂ ਜੋ ਪੰਜਾਬ ਲਈ ਭੇਜੇ ਜਾਣ ਵਾਲੇ ਸਮਾਨ ਦੀ ਨਵੀਂ ਬੁਕਿੰਗ ਵੀ ਬੰਦ ਕਰ ਦਿੱਤੀ ਉੱਥੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਤ੍ਰਿਪਤ ਸੁਖ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਰੇਲਵੇ ਦੇ ਇਸ ਫੈਸਲੇ ਨਾਲ ਸੂਬੇ ਦੇ ਵਿੱਚ ਅਮਨ ਸ਼ਾਂਤੀ ਪੱਗ ਹੋਣ ਦੀ ਵੀ ਸ਼ੰਕਾ ਪ੍ਰਗਟਾਈ ਆ ਬਾਜਵਾ ਨੇ ਕਿ ਬੁਕਿੰਗ ਰੱਦ ਹੋਣ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇ ਦਿੱਤੀ ਗਈ ਉਹ ਜਲਦੀ ਹੀ ਕੇਂਦਰ ਤੋਂ ਮੰਗ ਕਰਨਗੇ ਤਾਂ ਜੋ ਸੂਬੇ ਦੀ ਪਹਿਲਾਂ ਦੀ ਬੁਕਿੰਗ ਹੈ ਉਸ ਨੂੰ ਡਿਲੀਵਰ ਕਰਵਾਇਆ ਜਾ ਸਕੇ ਰੇਲਵੇ ਮੁਤਾਬਕ ਮਾਲ ਗੱਡੀਆਂ ਲੋਡ ਹੋ ਕੇ ਰਸਤੇ ਦੇ ਵਿੱਚ ਖੜੀਆਂ ਹਨ ਇਸ ਲਈ ਨਵੀਂ ਬੁਕਿੰਗ ਬੰਦ ਕੀਤੀ ਗਈ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਹੈ ਜੀ ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ 48268 ਮਾਮਲੇ ਆਏ ਸਾਹਮਣੇ ਰਿਕਵਰੀ ਰੇਟ ਦੇ ਵਿੱਚ ਵਾਧਾ ਇਸੇ ਦੌਰਾਨ ਹੀ 551 ਲੋਕਾਂ ਦੀ ਕੋਵਿਡ-19 ਦੇ ਕਾਰਨ ਮੌਤ ਹੋ ਗਈ ਭਾਰਤ 'ਚ ਕਰੋਨਾ ਵਾਇਰਸ ਸੰਕਰਮਣ ਨੂੰ ਕਾਬੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਇਹੀ ਵਜ੍ਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ 50000 ਤੋਂ ਜ਼ਿਆਦਾ ਸੰਕਰਮਣ ਦੇ ਮਾਮਲੇ ਸਾਹਮਣੇ ਵੀ ਆ ਰਹੇ ਹਨ ਉਮਰ ਅਤੇ ਆਮਦਨੀ ਨੂੰ ਛਾਪ ਕੇ 4120 ਲੋਕ ਲੈ ਰਹੇ ਸਨ ਪੈਨਸ਼ਨ ਹੁਣ ਤੱਕ ਸਿਰਫ ਇੱਕ ਵਿਅਕਤੀ ਦੁਆਰਾ ਪੇਸ਼ ਕੀਤੀ ਗਈ 30000 ਦੀ ਰਿਕਵਰੀ ਬੁੱਢਾਪਾ ਪੈਨਸ਼ਨ ਉਟਾਲੇ ਮਾਮਲੇ 'ਚ ਡਿਫਾਲਟਰਾਂ ਤੋਂ ਰਿਕਵਰੀ ਦਾ ਕੰਮ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਵਿਭਾਗ ਦੇ ਵੱਲੋਂ ਜੁਲਾਈ ਵਿੱਚ ਡਿਫਾਲਟਰਾਂ ਨੂੰ ਨੋਟਿਸ ਭੇਜਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜ਼ਿਲ੍ਹੇ ਦੇ ਨਾਲ ਸਬੰਧਤ ਸਾਰੇ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਹੁਣ ਤੱਕ ਵਸੂਲੀ ਮਾਮੂਲੀ ਹੈ ਵਿਭਾਗ ਨੂੰ ਪੈਨਸ਼ਨ ਲੈਣ ਵਾਲਿਆਂ ਦੇ 4120 ਵਿਅਕਤੀਆਂ ਦੀ ਉਮਰ ਅਤੇ ਆਮਦਨੀ ਨੂੰ ਝਾਲੀ ਟੰਗ ਦੇ ਨਾਲ ਛੁਪਾ ਕੇ ਮੁੜ ਪ੍ਰਾਪਤ ਕਰਨਾ ਹੈ ਜੁਲਾਈ ਦੇ ਵਿੱਚ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੋਂ 15 ਦਿਨਾਂ ਦੇ ਵਿੱਚ ਸਮੀਖਿਆ ਰਿਪੋਰਟ ਮੰਗੀ ਸੀ 551 ਪ੍ਰਕਾਸ਼ ਪੂਰਵ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੀ ਹਦਾਇਤ ਦੇਣ ਮੋਦੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 551 ਪ੍ਰਕਾਸ਼ ਸਾਲਾ ਪੂਰਵ ਤੇ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਸਿੱਖ ਸੰਗਤਾਂ ਸ਼ਰਧਾਲੂਆਂ ਨੂੰ ਜਾਣ ਦੇ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦੇ ਵਾਸਤੇ ਲੈਂਡੇਜ ਪੋ ਐਲ ਪੀਏ ਆਈ ਦੀਆਂ ਲਡੂੰਦੀਆਂ ਹਦਾਇਤਾਂ ਜਾਰੀ ਕਰਨਾ ਸੋ ਸੂਬੇ ਦੇ ਕਿੰਨੇ ਪ੍ਰਤੀਸ਼ਤ ਵਿਦਿਆਰਥੀਆਂ ਦੇ ਕੋਲੇ ਹਨ smartphones ਸੋ ਰਾਜਪੜ ਦੇ ਸਕੂਲਾਂ ਵਿੱਚ ਪੜ ਰਹੇ ਸਿਰਫ 88 ਪ੍ਰਤੀਸ਼ਤ ਵਿਦਿਆਰਥੀਆਂ ਦੇ ਕੋਲੇ smartphone ਹਨ ਇਸ ਸਮੇਂ ਕਰੋਨਾ ਮਾਧਿਅਮ ਰਾਹੀਂ ਆਨਲਾਈਨ ਜਿਹੜੀ ਪੜ੍ਹਾਈ ਬੱਚੇ ਕਰ ਰਹੇ ਹਨ ਰਿਪੋਰਟ ਦੇ ਅਨੁਸਾਰ 84% ਸਰਕਾਰੀ ਸਕੂਲ ਜਦਕਿ 93% ਪ੍ਰਾਈਵੇਟ ਸਕੂਲ ਦੇ ਬੱਚਿਆਂ ਕੋਲੇ ਸਮਾਰਟਫੋਨ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਮਨਾਈ ਗਈ ਬਯੰਤ ਸਿੰਘ ਦੀ ਵਰਸੀ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗੁਰਦੁਆਰਾ ਝੰਡਾ ਬੁੰਗਾ ਵਿਖੇ ਭਾਈ ਬਯੰਤ ਸਿੰਘ ਦੀ 60ਵੀਂ ਵਰਸੀ ਮਗਾਈ ਮਨਾਈ ਗਈ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵੀ ਪਾਏ ਗਏ ਕੀਰਤਨ ਕੀਤਾ ਗਿਆ ਇਸ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਦੇ ਵੱਲੋਂ ਹੁਕਮਨਾਮਾ ਸਾਹਿਬ ਲਿਆ ਗਿਆ ਪੰਜਾਬ ਵਿੱਚ ਬਲੈਕਆਊਟ ਬਾਰੇ ਚੰਦੂ ਮਾਜਰਾ ਦੀ ਕੈਪਟਨ ਨੂੰ ਨਸੀਹਤ ਚਿੱਠੀਆਂ ਲਿਖਣ ਨਾਲ ਕੁਝ ਨਹੀਂ ਹੋਣਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਮਾਲ ਗੱਡੀਆਂ ਨਾ ਆਉਣ ਕਾਰਨ ਸਿਰਫ 2 ਦਿਨ ਦਾ ਹੀ ਕੋਲਾ ਬਚਿਆ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਬਲੈਕਆਊਟ ਹੋਣ ਦੀ ਸੰਭਾਵਨਾ ਇਸ ਮਾਮਲੇ 'ਚ ਪੰਜਾਬ ਦੇ ਸੀਨੀਅਰ ਸਬੰਧੀ ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਇਸ ਮਾਮਲੇ ਬਾਰੇ ਕੈਪਟਨ ਵੱਲੋਂ ਕੇਂਦਰ ਨੂੰ ਸਿਰਫ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਜਦੋਂ ਕਿ ਚਿੱਠੀਆਂ ਲੰਗਰ ਲਿਖਣ ਦੇ ਨਾਲ ਕੇਂਦਰ ਟੱਸ ਤੋਂ ਮੱਸ ਨਹੀਂ ਹੋਵੇਗੀ ਇਸ ਲਈ ਕੈਪਟਨ ਨੂੰ ਅੱਗੇ ਹੋ ਕੇ ਆਪ ਸਾਰੀ ਕਾਰਵਾਈ ਕਰਨੀ ਚਾਹੀਦੀ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਸਭ ਦਾ ਧੰਨਵਾਦ